شالا انج دا نصیب ہووے جد آوے موت مینو جد آوے موت. بسم اللہ الرحمن الرحیم. السلام علیکم ناظرین. ناظرین تہاڈے سامنے ایک اگلی ویڈیو دے نال حاضر ہاں. ਤੇ ਵੀਡੀਓ ਜਿਹੜੀ ਕਿ ਨਜ਼ਲੇ ਜ਼ੁਕਾਮ ਪੁਰਾਣੇ ਤੋਂ ਪੁਰਾਣੇ ਨਜ਼ਲੇ ਕੇਰੇ ਵਾਸਤੇ ਬੜੀ ਹੀ ਮੁਫੀਦ ਔਰ ਬੜੀ ਜ਼ਬਰਦਸਤ ਹੈ, ਬੜੀ ਅੱਛੀ ਹੈ ਅਤੇ ਬੜੀ ਅਲੱਗ ਕਿਸਮ ਦੀ ਚੀਜ਼ ਹੈ. ਉਮੀਦ ਇਨਸ਼ਾਅੱਲਾ ਇਹ ਤੁਹਾਨੂੰ ਵੀਡੀਓ ਅੱਛੀ ਲੱਗੇਗੀ. ਇਹਨੂੰ ਤੁਸੀਂ ਲਾਈਕ ਲਾਜ਼ਮੀ ਕਰਿਓ, ਸ਼ੇਅਰ ਵੀ ਕਰਿਓ ਔਰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ. ਸ਼ੇਅਰ ਕਰਨਾ ਜਿਹੜਾ ਉਹ ਤਾਂ ਸਦਕਾ ਜਾ ਰਿਹਾ ਹੈ ਅਤੇ ਇਨਸ਼ਾਅੱਲਾ ਹਰ ਵੀਡੀਓ ਇਨਸ਼ਾਅੱਲਾ ਤੁਹਾਨੂੰ ਜਿਹੜੀ ਵੀ ਅਸੀਂ ਸੈਂਡ ਕਰ ਰਹੇ ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਅੱਛੀ ਤੋਂ ਅੱਛੀ ਹੋਵੇ ਔਰ ਜ਼ਿਆਦਾ ਤੋਂ ਜ਼ਿਆਦਾ ਫਾਇਦੇਮੰਦ ਹੋਵੇ. ਦੇਖੋ ਇਹ ਇੱਕ ਵੀਡੀਓ ਹੈ ਜਿਹੜੀ ਤੁਹਾਡੇ ਸਾਹਮਣੇ ਹਾਜ਼ਰ ਹੈਗੀ ਹੈ. ਇਹ ਸਿਰਫ ਚਾਰ ਚੀਜ਼ਾਂ ਦਾ ਮਰੱਕਬ ਹੈ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਸਮਗਰਬੀ ਕਿ ਇਸਨੂੰ ਇਹ ਕਿੱਕਰ ਦੀ ਗੂੰਦ ਵੀ ਕਿਹਾ ਜਾਂਦਾ ਹੈ, ਬਲਕਿ ਹੈ ਕਿੱਕਰ ਦੀ ਗੂੰਦ, ਸਮਗਰਬੀ ਵੀ ਹੈ ਔਰ ਇਸਦਾ ਵੀ ਬਹੁਤ ਬਿਹਤਰ ਔਰ ਬੜਾ ਜ਼ਬਰਦਸਤ ਇਹ ਮਰਕਬ ਹੈ ਔਰ ਇਸਨੂੰ ਇਸ ਵਜ੍ਹਾ ਤੋਂ ਇਹਦੇ ਸ਼ਾਮਿਲ ਕਰਨ ਦੀਆਂ ਦੋ ਵਜੂਹਾਤ ਨੇ. ਇੱਕ ਤਾਂ ਇਸਦੇ ਨਾਲ ਗੋਲੀ ਵੱਜਣੀ ਆਸਾਨੀ ਹੋ ਜਾਏਗੀ, ਦੂਸਰਾ ਇਹ ਕਿ ਇਹਦਾ ਫਾਰਮੂਲੇ ਦਾ ਵੀ ਬੜਾ ਬਿਹਤਰੀਨ ਮਰਕਬ ਹੈ. ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਲੱਕੜੀ ਹੈ ਇਹ ਰਿਓਂਦ ਚੀਨੀ ਹੈ. ਵੇਖੋ ਅੱਲਾ ਦੀ ਸ਼ਾਨ ਹੈ ਕਿ ਕੁਛ ਐਸੀਆਂ ਜੜੀ ਬੂਟੀਆਂ ਜਿਨ੍ਹਾਂ ਦੀ ਲੱਕੜੀ ਦਵਾਈਆਂ ਦੇ ਵਿੱਚ ਇਸਤੇਮਾਲ ਹੁੰਦੀ ਹੈ, ਕੁਛ ਜੜੀ ਬੂਟੀਆਂ ਨੇ ਜਿਨ੍ਹਾਂ ਦੇ ਜੜ ਜਿਹੜੀ ਤਣਾ ਉਹ ਇਸਤੇਮਾਲ ਹੁੰਦਾ ਔਰ ਕੁਛ ਜੜੀ ਬੂਟੀਆਂ ਦੇ ਫਲ ਇਸਤੇਮਾਲ ਹੁੰਦੇ ਨੇ, ਕੁਛ ਜੜੀ ਬੂਟੀਆਂ ਦੇ ਜਿਹੜੇ ਨੇ ਉਹ ਪੌਦੇ ਇਸਤੇਮਾਲ ਹੁੰਦੇ ਨੇ ਅਤੇ ਕੁਛ ਜੜੀ ਬੂਟੀਆਂ ਦੇ ਜਿਹੜੇ ਨੇ ਕਿ ਹਰ ਚੀਜ਼ ਇਸਤੇਮਾਲ ਹੁੰਦੀ ਹੈ. ਇਹ ਅੱਲਾ ਦੀ ਸ਼ਾਨ ਹੈ. ਲੇਕਿਨ ਇਹ ਜਿਹੜੀ ਲੱਕੜੀ ਤੁਹਾਡੇ ਸਾਹਮਣੇ ਪੇਸ਼ੇ ਖਿਦਮਤ ਹੈ, ਇਹ ਇਹਨੂੰ ਇਸੇ ਤਰ੍ਹਾਂ ਕੁੱਟ ਕੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਔਰ ਇਹ ਪਾਊਡਰ ਬਣ ਜਾਂਦੀ ਹੈ. ਔਰ ਅੱਗੇ ਤੁਸੀਂ ਇਹ ਦੇਖ ਰਹੇ ਹੋ ਇਹ ਜ਼ੰਜਬੀਲ ਯਾਨੀ ਕਿ ਇਸਨੂੰ ਸੁੰਡ ਵੀ ਕਿਹਾ ਜਾਂਦਾ ਹੈ ਔਰ ਇਹ ਵੀ ਬੜਾ ਜ਼ਬਰਦਸਤ ਇਹ ਮਰਕਬ ਹੈ ਔਰ ਇਹਦੇ ਵੀ ਬਹੁਤ ਜ਼ਿਆਦਾ ਫਾਇਦੇ ਨੇ ਔਰ ਇਸਨੂੰ ਇਕੱਲੀ ਨੂੰ ਵੀ ਇਸਤੇਮਾਲ ਕੀਤਾ ਜਾਂਦਾ ਹੈ ਔਰ ਇਹ ਨੁਕਸਿਆਂ ਦੇ ਵਿੱਚ ਬਹੁਤ ਜ਼ਿਆਦਾ ਸ਼ਾਮਿਲ ਕੀਤੀ ਜਾਂਦੀ ਹੈ. ਔਰ ਅਗਲੀ ਆਈਟਮ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਜੋਜ ਮਸਲੇ ਤੁਖਮ ਜੋਜ ਮਸਲੇ. ਇਹ ਜੋਜ ਮਸਲ ਦੋ ਕਿਸਮ ਦਾ ਹੈ ਕਿ ਜਿਹੜਾ ਜੋਜ ਮਸਲ ਬਲੈਕ ਵੀ ਹੈ ਕਾਲਾ ਵੀ ਹੈ ਯਾਨੀ ਕਿ ਔਰ ਜੋਜ ਮਸਲ ਸੁਰਖ ਵੀ ਹੈ. ਇਹ ਦੋ ਕਿਸਮ ਦਾ ਜੋਜ ਮਸਲ ਹੈ ਔਰ ਇਹਨਾਂ ਦਾ ਤੁਹਾਡਾ ਵਜ਼ਨ ਤੁਸੀਂ ਲੈਣਾ ਹੈ ਯਾਨੀ ਕਿ ਜ਼ੰਜਬੀਲ ਇੱਕ ਤੋਲਾ ਔਰ ਇਹ ਰੇਵਨ ਚੀਨੀ ਇੱਕ ਤੋਲਾ ਔਰ ਇਹ ਸਮਗਰਬੀ ਜਿਹੜੀ ਇਹ ਵੀ ਇੱਕ ਤੋਲਾ ਔਰ ਇਹ ਜਿਹੜੇ ਜੋਧ ਮਸਲੇ ਇਹ ਅੱਧਾ ਅੱਧਾ ਤੋਲਾ ਲੈਣੇ ਨੇ ਯਾਨੀ ਕਿ ਅੱਧਾ ਤੋਲਾ ਉਹ ਵਾਲਾ ਅਤੇ ਅੱਧਾ ਤੋਲਾ ਦੂਸਰਾ ਵਾਲਾ. ਇਹਨਾਂ ਸਾਰਿਆਂ ਨੂੰ ਅੱਛੀ ਤਰ੍ਹਾਂ ਕੁੱਟ ਕੇ ਪਾਊਡਰ ਬਣਾਉਣਾ ਹੈ, ਕੱਪੜ ਛਾਨ ਕਰਨਾ ਹੈ. ਕੱਪੜ ਛਾਨ ਕਰਕੇ ਔਰ ਇਸਨੂੰ ਹਲਕਾ ਜਿਹਾ ਪਾਣੀ ਲਗਾਓਗੇ ਯਾਨੀ ਕਿ ਹਲਕੇ ਜਿਹੇ ਪਾਣੀ ਦੀ ਮਦਦ ਦੇ ਨਾਲ ਇਸ ਦੀ ਗੋਲੀ ਬਣਾਉਣੀ ਹੈ ਔਰ ਉਹ ਗੋਲੀ ਜਿਹੜੀ ਕਿ ਬਣੇਗੀ ਔਰ ਗੋਲੀ ਜਿਹੜੀ ਬਣਾਉਣੀ ਉਹ ਇੱਕ ਆਮ ਚਨੇ ਦੇ ਦਾਣੇ ਦੇ ਬਰਾਬਰ ਬਣਾਉਣੀ ਹੈ. ਚਨੇ ਦੇ ਦਾਣੇ ਦੇ ਬਰਾਬਰ ਗੋਲੀ ਬਣਾਉਣੀ ਹੈ ਔਰ ਉਹ ਗੋਲੀ ਨਿਹਾਰ ਮੂੰਹ ਸੁਬੋ ਔਰ ਸ਼ਾਮ ਖਾਣਾ ਖਾਣ ਤੋਂ ਪਹਿਲੇ ਖਾਲੀ ਪੇਟ ਪਾਣੀ ਦੇ ਨਾਲ ਇਸਤੇਮਾਲ ਕਰਨੀ ਹੈ, ਤਾਜ਼ਾ ਪਾਣੀ ਹੋਵੇ. ਸੁਬੋ ਤੋਂ ਸ਼ਾਮ ਇਸਤੇਮਾਲ ਕਰਨੀ ਹੈ ਔਰ ਇਹਦੀ ਇਹ ਵੀ ਕੋਈ ਮਸਲਾ ਨਹੀਂ ਗਿਆ ਕਿ ਇਹਨੂੰ ਤੁਸੀਂ ਕਮ ਅਜ਼ ਕਮ 15 ਦਿਨ ਵੀ ਇਸਤੇਮਾਲ ਕਰ ਸਕਦੇ ਹੋ, ਮਹੀਨਾ ਵੀ ਇਸਤੇਮਾਲ ਕਰ ਸਕਦੇ ਹੋ. ਯਾਨੀ ਕਿ ਇਹ ਪੁਰਾਣੇ ਤੋਂ ਪੁਰਾਣਾ ਕੇਰਾ ਨਜ਼ਰਾ ਜ਼ੁਕਾਮ ਵਿਗੜਿਆ ਹੋਇਆ ਜਿਹੜਾ ਹੁੰਦਾ ਹੈ
ਉਹਦੇ ਵਾਸਤੇ ਇਹ ਬੜਾ ਹੀ ਅੱਛਾ, ਬੜਾ ਜ਼ਬਰਦਸਤ ਅਤੇ ਬੜਾ ਆਲਾ ਫਾਰਮੂਲਾ ਹੈ। ਔਰ ਇਸ ਗੋਲੀ ਨੂੰ ਹੱਬ ਸ਼ਿਫਾ ਦੇ ਨਾਮ 'ਤੇ ਵੀ ਪੁਕਾਰਿਆ ਜਾਂਦਾ ਹੈ ਅਤੇ ਇਹਦਾ ਬੜਾ ਅੱਛਾ ਜ਼ਬਰਦਸਤ ਫਾਰਮੂਲਾ ਹੈ। ਔਰ ਇਸ ਨੂੰ ਇਸਤੇਮਾਲ ਕਰਨ ਵਾਸਤੇ ਜ਼ਿਆਦਾ ਮਤਲਬ ਹੈ ਕਿ ਹੋਰ ਚੀਜ਼ ਸਾਦੇ ਪਾਣੀ ਨਾਲ ਇਸਤੇਮਾਲ ਹੋ ਜਾਏਗੀ ਅਤੇ ਔਰ ਬੜਾ ਆਸਾਨ ਅਤੇ ਬੜਾ ਅੱਛਾ ਅਤੇ ਬੜਾ ਸੌਖਾ ਜਿਹਾ ਇਹ ਫਾਰਮੂਲਾ ਹੈ ਅਤੇ ਸਸਤਾ ਵੀ ਹੈ, ਜ਼ਿਆਦਾ ਮਹਿੰਗਾ ਵੀ ਨਹੀਂ। ਤੋ ਉਮੀਦ ਹੈ ਇਨਸ਼ਾਅੱਲਾ ਇਹ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਈ ਹੋਵੇਗੀ। ਇਹਨੂੰ ਤੁਸੀਂ ਲਾਈਕ ਕਰਿਓ, ਇਹਨੂੰ ਸ਼ੇਅਰ ਕਰਿਓ, ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਅਗਲੀ ਵੀਡੀਓ ਨਾਲ ਫਿਰ ਮਿਲਾਂਗੇ। ਇਜਾਜ਼ਤ, ਅੱਲਾ ਹਾਫਿਜ਼। ਅਸਲਾਮ ਵਾਲੇਕੁਮ ਵਰਹਮਤੁਲਾ ਵਬਰਕਾਤ। ਹਾਂਜੀ, ਇਹ ਦੇਖੋ ਸਾਰਾ ਨੁਸਖਾ ਜਿਹੜਾ ਨਾ ਘੁੱਟ ਕੇ ਅਤੇ ਪਾਊਡਰ ਬਣਾ ਲਿਆ ਅਤੇ ਹੁਣ ਅਸੀਂ ਇਹਨੂੰ ਜਨਾਬ ਜਿਹੜਾ ਨਾ ਪਾਣੀ ਦਾ ਲਾ ਕੇ ਨਾ ਪੁੱਠ ਅਤੇ ਇਹਦੀ ਗੋਲੀ ਜਿਹੜੀ ਨਾ ਉਹ ਬਣਾਉਂਦੇ ਹਾਂ। ਦੋਰੀ ਤੋਂ ਤਾਂ ਜਾ ਪਹਿਲੇ ਥੋੜ੍ਹਾ ਪਾਣੀ ਸ਼ਾਮਿਲ ਕਰਨੇ ਆ ਅਤੇ ਉਸ ਤੋਂ ਅੱਗੇ ਹੁਣ ਇਹਨੂੰ ਸ਼ਾਮਿਲ ਕਰਕੇ ਪਹਿਲੇ ਅਸੀਂ ਥੋੜ੍ਹੀ ਜਿਹੀ ਜਿਹੜੀ ਨਾ ਉਹ ਪਹਿਲੇ ਪਾਣੀ ਦੇ ਵਿੱਚ ਮਿਕਸ ਕੀਤੀ ਹੋਈ ਸੀ ਅੰਦਰ ਇਹਨੂੰ ਜਜ਼ਬ ਕਰਾਂਗੇ। ਕਾਫੀ ਤਿਆਰ ਹੋ ਗਈ ਹੈ। ਕਾਫੀ ਦੇਰ ਦੀ ਰਗੜਾਈ ਤੋਂ ਬਾਅਦ ਹੁਣ ਗੋਲੀ ਦੇ ਕਾਬਲ ਹੋ ਗਈ। ਹੁਣ ਇਹਦੀ ਗੋਲੀ ਆਸਾਨੀ ਨਾਲ ਬਣ ਜਾਏਗੀ। ਗੋਲੀ ਬਣ ਰਹੀ ਜਾਂਦੀ। ਆਹ ਦੇਖੋ ਇਹ ਜਿਹੜੀ ਗੋਲੀ ਹੈ ਤਾਂ ਕਮ ਅਜ਼ ਕਮ ਚਨੇ ਦੇ ਦਾਣੇ ਦੇ ਤੋਂ ਥੋੜ੍ਹੀ ਜਿਹੀ ਜਿਹੜੀ ਨਾ ਉਹ ਬੜੀ ਹੈਗੀ ਹੈ ਅਤੇ ਉਸ ਤੋਂ ਇਲਾਵਾ ਜਨਾਬ ਇਹਦੀ ਖੁਰਾਕ ਜਿਹੜੀ ਹੈ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਆ ਇੱਕ ਗੋਲੀ ਸੁਬਹ ਅਤੇ ਇੱਕ ਗੋਲੀ ਸ਼ਾਮ ਨੂੰ ਇਹ ਪਾਣੀ ਦੇ ਨਾਲ ਖਾਣੀ ਹੈ। ਨਿਹਾਰ ਮੂੰਹ ਪਾਣੀ ਦੇ ਨਾਲ ਅਤੇ ਇਹ ਜਨਾਬ ਬਿਹਤਰੀਨ ਚੀਜ਼ ਹੈ ਪੁਰਾਣੇ ਨਜ਼ਲੇ ਕੇਰੇ ਵਾਸਤੇ। ਔਰ ਇਹਨਾਂ ਗੋਲੀਆਂ ਦਾ ਨਾਮ ਹੈਗਾ ਜੀ ਹੱਬ ਸ਼ਿਫਾ ਔਰ ਬਹੁਤ ਹੀ ਜ਼ਬਰਦਸਤ ਫਾਰਮੂਲਾ ਹੈ, ਬਹੁਤ ਹੀ ਅੱਛਾ ਹੈ ਔਰ ਜ਼ਿਆਦਾ ਮਹਿੰਗਾ ਵੀ ਨਹੀਂ। ਉਮੀਦ ਹੈ ਕਿ ਇਨਸ਼ਾਅੱਲਾ ਇਹ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਈ ਹੋਵੇਗੀ। ਇਹਨੂੰ ਤੁਸੀਂ ਲਾਈਕ ਕਰਿਓ ਔਰ ਇਹਨੂੰ ਸ਼ੇਅਰ ਕਰਿਓ, ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਇਨਸ਼ਾਅੱਲਾ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ। ਇਜਾਜ਼ਤ, ਅੱਲਾ ਹਾਫਿਜ਼। ਅਸਲਾਮ ਵਾਲੇਕੁਮ ਵਰਹਮਤੁਲਾ। ਸਰਕਾਰ ਨੂੰ ਕਮਾ ਗਏ ਬਦੇਰੇ, ਸਰਕਾਰ ਨੂੰ ਕਮਾਂਗੇ ਗਮ ਹੋ ਗਏ ਬਦੇਰੇ, ਸਰਕਾਰ ਨੂੰ ਕਮਾਂਗੇ ਦਰਦਾਂ ਦਰਦਾਂ ਦਰਦਾਨ ਪਾਏਗੇ ਰੇ, ਦਰਦਾਨ ਪਾਏਗੇ ਰੇ, ਸਰਕਾਰ ਨੂੰ ਕਮਾ